ਜਿਹੜੇ ਮੁੰਡੇ ਖੜੇ ਸੀ ਅਸੀਂ ਜਾ ਰਹੇ ਸੀ ਮੈਂ ਭਾਈ ਤੁਸੀਂ ਕਿਵੇਂ ਖੜੇ ਹੋ ਤੁਸੀਂ ਤਾਂ ਪਹਿਲੇ ਬੈਨਰ ਲਾ ਕੇ ਪਹਿਲੇ ਰੌਲਾ ਪਾਉਣ ਲਈ ਸਾਡੇ ਤੇ ਕਿਸਾਨ ਹੋ ਨਾ ਕਰਨਾ ਤੁਸੀਂ ਯਾਰ ਇੱਥੇ ਰੌਲਾ ਕਿਉਂ ਪਾਉਣਾ ਹੈ ਨਾ ਫਿਰ ਨਹੀਂ ਤਾਂ ਜਿਹੜੇ ਮੁੰਡੇ ਖੜੇ ਸੀ ਅਸੀਂ ਜਾ ਰਹੇ ਸੀ ਮੈਂ ਭਾਈ ਤੁਸੀਂ ਕਿਵੇਂ ਖੜੇ ਹੋ ਤੁਸੀਂ ਤਾਂ ਪਹਿਲੇ ਬੈਨਰ ਲਾ ਕੇ ਪਹਿਲੇ ਰੌਲਾ ਪਾਉਣ ਲਈ ਸਾਡੇ ਤੇ ਕਿਸਾਨ ਹੋ ਨਾ ਕਰਨਾ ਤੁਸੀਂ ਯਾਰ ਇੱਥੇ ਰੌਲਾ ਕਿਉਂ ਪਾਉਣਾ ਹੈ ਨਾ ਫਿਰ ਨਹੀਂ ਤਾਂ ਜਿਹੜੇ ਮੁੰਡੇ ਖੜੇ ਸੀ ਅਸੀਂ ਜਾ ਰਹੇ ਸੀ ਮੈਂ ਭਾਈ ਤੁਸੀਂ ਕਿਵੇਂ ਖੜੇ ਹੋ ਤੁਸੀਂ ਤਾਂ ਪਹਿਲੇ ਬੈਨਰ ਲਾ ਕੇ ਪਹਿਲੇ ਰੌਲਾ ਪਾਉਣ ਲਈ ਸਾਡੇ ਤੇ ਕਿਸਾਨ ਹੋ ਨਾ ਕਰਨਾ ਤੁਸੀਂ ਯਾਰ ਇੱਥੇ ਰੌਲਾ ਕਿਉਂ ਪਾਉਣਾ ਹੈ ਨਾ ਫਿਰ ਨਹੀਂ ਤਾਂ ਜਿਹੜੇ ਮੁੰਡੇ ਖੜੇ ਸੀ ਅਸੀਂ ਜਾ ਰਹੇ ਸੀ ਮੈਂ ਭਾਈ ਤੁਸੀਂ ਕਿਵੇਂ ਖੜੇ ਹੋ ਤੁਸੀਂ ਤਾਂ ਪਹਿਲੇ ਬੈਨਰ ਲਾ ਕੇ ਪਹਿਲੇ ਰੌਲਾ ਪਾਉਣ ਲਈ ਸਾਡੇ ਤੇ ਕਿਸਾਨ ਹੋ ਨਾ ਕਰਨਾ ਤੁਸੀਂ ਯਾਰ ਇੱਥੇ ਰੌਲਾ ਕਿਉਂ ਪਾਉਣਾ ਹੈ ਨਾ ਫਿਰ ਨਹੀਂ ਤਾਂ ਜਿਹੜੇ ਮੁੰਡੇ ਖੜੇ ਸੀ ਅਸੀਂ ਜਾ ਰਹੇ ਸੀ ਮੈਂ ਭਾਈ ਤੁਸੀਂ ਕਿਵੇਂ ਖੜੇ ਹੋ ਤੁਸੀਂ ਤਾਂ ਪਹਿਲੇ ਬੈਨਰ ਲਾ ਕੇ ਪਹਿਲੇ ਰੌਲਾ ਪਾਉਣ ਲਈ ਸਾਡੇ ਤੇ ਕਿਸਾਨ ਹੋ ਨਾ ਕਰਨਾ ਤੁਸੀਂ ਯਾਰ ਇੱਥੇ ਰੌਲਾ ਕਿਉਂ ਪਾਉਣਾ ਹੈ ਨਾ ਫਿਰ ਨਹੀਂ ਤਾਂ ਜਿਹੜੇ ਮੁੰਡੇ ਖੜੇ ਸੀ ਅਸੀਂ ਜਾ ਰਹੇ ਸੀ ਮੈਂ ਭਾਈ ਤੁਸੀਂ ਕਿਵੇਂ ਖੜੇ ਹੋ ਤੁਸੀਂ ਤਾਂ ਪਹਿਲੇ ਬੈਨਰ ਲਾ ਕੇ ਪਹਿਲੇ ਰੌਲਾ ਪਾਉਣ ਲਈ ਸਾਡੇ ਤੇ ਕਿਸਾਨ ਹੋ ਨਾ ਕਰਨਾ ਤੁਸੀਂ ਯਾਰ ਇੱਥੇ ਰੌਲਾ ਕਿਉਂ ਪਾਉਣਾ ਹੈ ਨਾ ਫਿਰ ਨਹੀਂ ਤਾਂ ਜਿਹੜੇ ਮੁੰਡੇ ਖੜੇ ਸੀ ਅਸੀਂ ਜਾ ਰਹੇ ਸੀ ਮੈਂ ਭਾਈ ਤੁਸੀਂ ਕਿਵੇਂ ਖੜੇ ਹੋ ਤੁਸੀਂ ਤਾਂ ਪਹਿਲੇ ਬੈਨਰ ਲਾ ਕੇ ਪਹਿਲੇ ਰੌਲਾ ਪਾਉਣ ਲਈ ਸਾਡੇ ਤੇ ਕਿਸਾਨ ਹੋ ਨਾ ਕਰਨਾ ਤੁਸੀਂ ਯਾਰ ਇੱਥੇ ਰੌਲਾ ਕਿਉਂ ਪਾਉਣਾ ਹੈ ਨਾ ਫਿਰ ਨਹੀਂ ਤਾਂ ਜਿਹੜੇ ਮੁੰਡੇ ਖੜੇ ਸੀ ਅਸੀਂ ਜਾ ਰਹੇ ਸੀ ਮੈਂ ਭਾਈ ਤੁਸੀਂ ਕਿਵੇਂ ਖੜੇ ਹੋ ਤੁਸੀਂ ਤਾਂ ਪਹਿਲੇ ਬੈਨਰ ਲਾ ਕੇ ਪਹਿਲੇ ਰੌਲਾ ਪਾਉਣ ਲਈ ਸਾਡੇ ਤੇ ਕਿਸਾਨ ਹੋ ਨਾ ਕਰਨਾ ਤੁਸੀਂ ਯਾਰ ਇੱਥੇ ਰੌਲਾ ਕਿਉਂ ਪਾਉਣਾ ਹੈ ਨਾ ਫਿਰ ਨਹੀਂ ਤਾਂ ਜਿਹੜੇ ਮੁੰਡੇ ਖੜੇ ਸੀ ਅਸੀਂ ਜਾ ਰਹੇ ਸੀ ਮੈਂ ਭਾਈ ਤੁਸੀਂ ਕਿਵੇਂ ਖੜੇ ਹੋ ਤੁਸੀਂ ਤਾਂ ਪਹਿਲੇ ਬੈਨਰ ਲਾ ਕੇ ਪਹਿਲੇ ਰੌਲਾ ਪਾਉਣ ਲਈ ਸਾਡੇ ਤੇ ਕਿਸਾਨ ਹੋ ਨਾ ਕਰਨਾ ਤੁਸੀਂ ਯਾਰ ਇੱਥੇ ਰੌਲਾ ਕਿਉਂ ਪਾਉਣਾ ਹੈ ਨਾ ਫਿਰ ਨਹੀਂ ਤਾਂ ਜਿਹੜੇ ਮੁੰਡੇ ਖੜੇ ਸੀ ਅਸੀਂ ਜਾ ਰਹੇ ਸੀ ਮੈਂ ਭਾਈ ਤੁਸੀਂ ਕਿਵੇਂ ਖੜੇ ਹੋ ਤੁਸੀਂ ਤਾਂ ਪਹਿਲੇ ਬੈਨਰ ਲਾ ਕੇ ਪਹਿਲੇ ਰੌਲਾ ਪਾਉਣ ਲਈ ਸਾਡੇ ਤੇ ਕਿਸਾਨ ਹੋ ਨਾ ਕਰਨਾ ਤੁਸੀਂ ਯਾਰ ਇੱਥੇ ਰੌਲਾ ਕਿਉਂ ਪਾਉਣਾ ਹੈ ਨਾ ਫਿਰ ਨਹੀਂ ਤਾਂ ਜਿਹੜੇ ਮੁੰਡੇ ਖੜੇ ਸੀ ਅਸੀਂ ਜਾ ਰਹੇ ਸੀ ਮੈਂ ਭਾਈ ਤੁਸੀਂ ਕਿਵੇਂ ਖੜੇ ਹੋ ਤੁਸੀਂ ਤਾਂ ਪਹਿਲੇ ਬੈਨਰ ਲਾ ਕੇ ਪਹਿਲੇ ਰੌਲਾ ਪਾਉਣ ਲਈ ਸਾਡੇ ਤੇ ਕਿਸਾਨ ਹੋ ਨਾ ਕਰਨਾ ਤੁਸੀਂ ਯਾਰ ਇੱਥੇ ਰੌਲਾ ਕਿਉਂ ਪਾਉਣਾ ਹੈ ਨਾ ਫਿਰ ਨਹੀਂ ਤਾਂ ਜਿਹੜੇ ਮੁੰਡੇ ਖੜੇ ਸੀ ਅਸੀਂ ਜਾ ਰਹੇ ਸੀ ਮੈਂ ਭਾਈ ਤੁਸੀਂ ਕਿਵੇਂ ਖੜੇ ਹੋ ਤੁਸੀਂ ਤਾਂ ਪਹਿਲੇ ਬੈਨਰ ਲਾ ਕੇ ਪਹਿਲੇ ਰੌਲਾ ਪਾਉਣ ਲਈ ਸਾਡੇ ਤੇ ਕਿਸਾਨ ਹੋ ਨਾ ਕਰਨਾ ਤੁਸੀਂ ਯਾਰ ਇੱਥੇ ਰੌਲਾ ਕਿਉਂ ਪਾਉਣਾ ਹੈ ਨਾ ਫਿਰ ਨਹੀਂ ਤਾਂ ਜਿਹੜੇ ਮੁੰਡੇ ਖੜੇ ਸੀ ਅਸੀਂ ਜਾ ਰਹੇ ਸੀ ਮੈਂ ਭਾਈ ਤੁਸੀਂ ਕਿਵੇਂ ਖੜੇ ਹੋ ਤੁਸੀਂ ਤਾਂ ਪਹਿਲੇ ਬੈਨਰ ਲਾ ਕੇ ਪਹਿਲੇ ਰੌਲਾ ਪਾਉਣ ਲਈ ਸਾਡੇ ਤੇ ਕਿਸਾਨ ਹੋ ਨਾ ਕਰਨਾ ਤੁਸੀਂ ਯਾਰ ਇੱਥੇ ਰੌਲਾ ਕਿਉਂ ਪਾਉਣਾ ਹੈ ਨਾ ਫਿਰ ਨਹੀਂ ਤਾਂ